ਤੁਸੀਂ ਕਾਗਜ਼ ਦੇ ਕੱਪ ਨਾਲ ਬਹੁਤ ਵਧੀਆ ਘੁੰਮਣੀ ਜਾਂ ਫਿਰਕੀ ਬਣਾ ਸਕਦੇ ਹੋ। ਇਸ ਲਈ ਤੁਹਾਨੂੰ ਇੱਕ ਲੱਕੜ ਦੀ ਡੰਡੀ, ਸਟਰਾਅ, ਕਟਰ, ਟੇਪ ਅਤੇ ਇੱਕ ਕਾਗਜ਼ ਦਾ ਕੱਪ ਚਾਹੀਦਾ ਹੈ। ਪਹਿਲਾਂ ਕੱਪ ਨੂੰ ਕਟਰ ਨਾਲ ਦੋ ਇੱਕੋ ਜਿਹੇ ਹਿੱਸਿਆਂ ਵਿੱਚ ਕੱਟ ਲਓ। ਫਿਰ ਇੱਕ ਹਿੱਸਾ ਲਓ ਅਤੇ ਉਸਨੂੰ ਫਿਰ ਦੋ ਹਿੱਸਿਆਂ ਵਿੱਚ ਕੱਟ ਲਓ। ਘੁੰਮਣੀ ਬਣਾਉਣ ਲਈ ਤੁਹਾਨੂੰ ਇਹ ਦੋ ਹਿੱਸੇ ਚਾਹੀਦੇ ਹੋਣਗੇ। ਕੱਪ ਦੇ ਇੱਕ ਹਿੱਸੇ ਨੂੰ ਦੂਜੇ ਉੱਪਰ ਰੱਖੋ ਅਤੇ ਸੂਈ ਨਾਲ ਇੱਕ ਪਾਸੇ ਗਲੀ ਕਰ ਲਓ। ਇੱਕ ਸਟਰਾਅ ਲਓ ਅਤੇ ਸੂਈ ਨਾਲ ਉਸ ਦੇ ਅਖੀਰ ਵਿੱਚ ਗਲੀ ਕਰ ਲਓ। ਕੱਪ ਦੇ ਐਂਗਲ ਨੂੰ ਠੀਕ ਕਰਕੇ ਉਸ ਉੱਪਰ ਬੂੰਦ ਲਗਾ ਦਿਓ। ਅਖੀਰ ਵਿੱਚ ਇੱਕ ਡੰਡੀ ਸਟਰਾਅ ਵਿੱਚ ਪਾ ਦਿਓ। ਇਹ ਸਾਰੇ ਇਕੱਠ ਨੂੰ ਪੱਖੇ ਥੱਲੇ ਰੱਖੋ ਅਤੇ ਕੱਪ ਘੁੰਮਣੀ ਬਣ ਜਾਏਗੀ ਅਤੇ ਆਰਾਮ ਨਾਲ ਘੁੰਮਣਾ ਸ਼ੁਰੂ ਕਰ ਦੇਵੇਗੀ। ਕੱਪਾਂ ਨੂੰ ਰੰਗਦਾਰ ਟੇਪ ਨਾਲ ਸਜਾਓ ਅਤੇ ਪੱਖੇ ਥੱਲੇ ਉਹਨਾਂ ਦੇ ਘੁੰਮਣ ਦਾ ਆਨੰਦ ਲਓ।